ਥੋੜਾ ਸਾ ਹੁੰਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਦੇ ਵਿੱਚ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਹਰ ਪਾਸੇ ਪੁਖਤਾ ਪ੍ਰਬੰਧਾਂ ਦਾ ਦਾਵਾ ਕੀਤਾ ਗਿਆ ਤੇ ਇਸ ਵਿਚਾਲੇ ਇੱਕ ਅਜਿਹੀ ਤਸਵੀਰ ਵੀ ਸਾਹਮਣੇ ਆਈ ਹੈ ਜਿੱਥੇ ਬਜ਼ੁਰਗਾਂ ਨੂੰ ਅਣਗੋਲਿਆਂ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਵੋਟ ਪਾਉਣ ਆਉਣ ਤੱਕ ਦੇ ਵੀ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਇਹ ਬਜ਼ੁਰਗ ਖੁਦ ਕਿਸੇ ਦੇ ਸਹਾਰੇ ਪੋਲਿੰਗ ਬੂਥਾਂ ਤੱਕ ਪਹੁੰਚੇ ਨੇ ਤੇ ਅੰਦਰ ਲੈ ਜਾਣ ਲਈ ਵੀ ਨਾ ਤਾਂ ਕੋਈ ਵੀਲ ਚੇਅਰ ਸੀ ਤੇ ਨਾ ਹੀ ਕੋਈ ਕੁਰਸੀ ਸੀ ਜਿਸ ਤੇ ਇਹ ਬੈਠ ਸਕਣ। ਉੱਚੇ ਉੱਚੇ ਥੜੇ ਵੀ ਲੋਕਾਂ ਨੇ ਹੱਥ ਫੜ ਕੇ ਇਹਨਾਂ ਬਜ਼ੁਰਗਾਂ ਨੂੰ ਉੱਤੇ ਚੜਾਏ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਜ਼ੁਰਗਾਂ ਨੂੰ ਹੱਥ ਫੜ ਫੜ ਕੇ ਅੰਦਰ ਲੈ ਜਾਇਆ ਗਿਆ ਹੈ। ਉਹ ਵੀ ਜਿਹੜੇ ਨਾਲ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਉਹਨਾਂ ਦੇ ਵੱਲੋਂ। ਇੱਥੇ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਸੀ। ਤਸਵੀਰਾਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਰਈਆ ਬਲਾਕ ਦੇ ਅਧੀਨ ਪੈਂਦੇ ਪਿੰਡ ਬਿਆਸ ਦੀਆਂ ਨੇ ਜਿੱਥੇ ਬਜ਼ੁਰਗ ਤੇ ਵਿਕਲਾਂਗ ਲੋਕਾਂ ਦੇ ਲਈ ਵੋਟਰਾਂ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ, ਬਲਕਿ ਇਹ ਬਜ਼ੁਰਗ ਖੁਦ ਆਪਣੇ ਘਰੋਂ ਹੀ ਆਪਣੇ ਬੱਚਿਆਂ ਦੇ ਸਹਾਰੇ ਇੱਥੇ ਪਹੁੰਚੇ ਨੇ ਵੋਟ ਪਾਉਣ ਦੇ ਲਈ। ਇਸ ਦੌਰਾਨ ਪੁਲਿਸ ਕਰਮੀ ਵੀ ਨੌਜਵਾਨ ਦੇ ਨਾਲ ਬਹਿਸ ਕਰਦੇ ਨਜ਼ਰ ਆਏ ਨੇ, ਜੋ ਬਜਾਏ ਮਦਦ ਕਰਨ ਦੇ ਇੱਥੇ ਨੌਜਵਾਨ ਦੇ ਨਾਲ ਬਹਿਸ ਕਰਦੇ ਦਿਖੇ ਨੇ। ਮੇਰਾ ਨਾਮ ਪ੍ਰਿਥਵੀਰਾਜ ਭਾਜੀ, ਉਦਾਂ ਛੋਟ ਮਣੀ ਕਹਿੰਦੇ ਆ। ਭਾਜੀ ਮੈਂ ਬਜ਼ੁਰਗ ਨੂੰ ਲੈ ਕੇ ਆ ਰਿਹਾ ਸੀ, ਮੈਨੂੰ ਧੱਕੇ ਮਰੀ ਜਾਂਦੇ ਪੁਲਿਸ ਵਾਲੇ ਨਜਾਇਜ਼ ਜੀ, ਉੱਥੇ ਖੜੇ ਨੂੰ ਧੱਕੇ ਮਰੀ ਜਾਂਦੇ ਆ। ਭਾਜੀ ਮੈਂ ਬਜ਼ੁਰਗ ਨੂੰ ਲੈ ਕੇ ਆ ਰਿਹਾ, ਮੈਂ ਉਹਨਾਂ ਨੇ ਵੋਟ ਪਾਈ ਅੰਦਰੋਂ, ਵੋਟ ਪਾ ਕੇ ਬਾਹਰ ਆ ਰਹੇ, ਉਹਨਾਂ ਕੋਲ ਨਹੀਂ ਚੱਲਿਆ ਜਾ ਰਿਹਾ ਤੇ ਮੈਂ ਉਹਨਾਂ ਨੂੰ ਫੜ ਕੇ ਲੈ ਕੇ ਆ ਰਿਹਾ। ਪੁਲਿਸ ਵਾਲੇ ਵੀਰ ਮੇਰੇ ਧੱਕੇ ਮਰੀ ਜਾਂਦੇ, ਮੈਨੂੰ ਕਹਿੰਦੇ ਬਾਹਰ ਚੱਲ ਵੋਟ ਪਾ ਲਈ। ਮੈਂ ਵੋਟ ਬਜ਼ੁਰਗਾਂ ਨੇ ਪਾਈ, ਮੈਂ ਉਹਨਾਂ ਨੂੰ ਪਿਆਰ ਨਾਲ ਲੈ ਕੇ ਆ ਰਿਹਾ, ਉਹ ਮੈਨੂੰ ਉੱਤੋਂ ਧੱਕੇ ਮਰੀ ਜਾ ਰਹੇ ਪੁਲਿਸ ਵਾਲੇ। ਭਾਜੀ ਇਹ ਚੰਗੀ ਗੱਲ ਇਹਨਾਂ ਦੀ, ਪਿਆਰ ਨਾਲ ਹੈਂਡਲ ਕਰਨ ਜਨਤਾ ਨੂੰ, ਵੋਟਾਂ ਪਿਆਰ ਨਾ ਪਾਉਣ। ਇੱਥੇ ਭਾਜੀ ਇਹਨਾਂ ਨੇ ਕੁਛ ਨੀ ਕੀਤਾ ਹੋਇਆ, ਅਸੀਂ ਅਸੀਂ ਨੌਜਵਾਨ ਮੁੰਡੇ ਭਾਜੀ ਲੈ ਕੇ ਜਾ ਰਹੇ ਹਾਂ ਬਜ਼ੁਰਗਾਂ ਨੂੰ, ਸੇਵਾ ਕਰਦੇ ਪਏ ਹਾਂ। ਉੱਤੋਂ ਪੁਲਿਸ ਵਾਲੇ ਸਾਨੂੰ ਧੱਕੇ ਮਰੀ ਜਾਂਦੇ ਵੀ ਕਿਸੇ ਨੂੰ ਨੀ ਲੈ ਕੇ ਜਾਣਾ, ਜਾ ਤੇ ਆਪ ਲੈ ਜਾਣ ਫਿਰ ਖੜੇ ਆ ਦਰਵਾਜ਼ੇ 'ਚ, ਆਪ ਵੀ ਨੀ ਲੈ ਕੇ ਜਾਂਦੇ ਭਾਜੀ। ਹੁਣ ਬਜ਼ੁਰਗਾਂ ਨੂੰ ਥੋੜੀ ਨਾ ਲੈ ਕੇ ਜਾਣਾ ਯਾਰ, ਅਸੀਂ ਆਪ ਲੈ ਕੇ ਜਾਣੇ ਭਾਜੀ, ਸੇਵਾ ਕਰਨੇ ਆ। ਚਲੋ ਵੋਟ ਪਾਉਣ ਸਾਰਿਆਂ ਨੂੰ ਅਧਿਕਾਰ ਆ, ਇਹ ਤੇ ਭਾਜੀ ਧੱਕੇ ਮਾਰਨ ਦੇ ਆ, ਜਾ ਤੇ ਫਿਰ ਆਪ ਲੈ ਜਾਓ। ਸਹੀ ਗੱਲ ਕਿ ਨਹੀਂ ਭਾਜੀ? ਬਿਲਕੁਲ ਪੀਸਫੁਲ ਚੱਲ ਰਹੀ ਹੈ ਜੀ, ਬਹੁਤ ਵਧੀਆ, ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਅੱਛੀ ਚੱਲ ਰਹੀ ਹੈ, ਵੈਰੀ ਪੀਸਫੁਲ। ਨਹੀਂ ਦੇਖੋ ਇਹ ਮਤਲਬ ਇਹਦੇ ਕੁਝ ਪੈਰਾਮੀਟਰਸ ਹੁੰਦੇ ਜਿਹਦੇ ਮੁਤਾਬਕ ਸੈਂਸਿਟੀਵਿਟੀ ਜਿਹੜੀ ਹੈ ਉਹ ਗ੍ਰੇਡ ਕੀਤੀ ਜਾਂਦੀ ਹੈ। ਬਾਕੀ ਬਿਲਕੁਲ ਠੀਕ ਹੈ, ਕੋਈ ਜਿਹੜੇ ਸੈਂਸਿਟਿਵ ਆ, ਕ੍ਰਿਟੀਕਲ, ਨੋਨ ਕ੍ਰਿਟੀਕਲ, ਸਾਰੇ ਬਿਲਕੁਲ ਪੀਸਫੁਲ ਚੱਲ ਰਹੇ। ਮੈਂ ਕਾਫੀ ਪੁਲਿਸ ਸਟੇਸ਼ਨ ਦੇ ਉੱਤੇ ਪੈਟਰੋਲ ਕਰ ਰਿਹਾ ਤੇ ਐਵਰੀਥਿੰਗ ਇਜ਼ ਗੋਇੰਗ ਔਨ ਸਮੂਥਲੀ। ਇੱਥੇ ਜੀ ਬਿਆਸ ਦੇਖੋ ਜਿਹੜਾ ਬਾਬਾ ਬਕਾਲਾ ਹਲਕਾ ਉਹਦੇ ਵਿੱਚ ਆਲਮੋਸਟ 85 ਦੇ ਕਰੀਬ ਪੋਲਿੰਗ ਸਟੇਸ਼ਨ ਸੀਗੇ ਜਿਨ੍ਹਾਂ ਦੇ ਵਿੱਚ ਆਲਮੋਸਟ ਪੋਲਿੰਗ ਹੋ ਰਹੀ। ਐਸਾ ਕੁਛ ਨੀ ਹੈਗਾ ਜੀ, ਉਹ ਐਕਚੁਅਲੀ ਕੀ ਹੈਗਾ ਕਿ ਜਿਹੜਾ ਗੇਟ ਦੇ ਉੱਤੇ ਡਿਊਟੀ ਤੇ ਖੜਾ ਉਹਨੇ ਮੇਨਟੇਨ ਕਰਨਾ ਪੀਸ, ਠੀਕ ਹੈ ਨਾ। ਐਂਡ ਉਹਨਾਂ ਨੂੰ ਸਿਰਫ ਇਹ ਕਿਹਾ ਜਾਂਦਾ ਵੀ ਜਿਹੜੇ ਵੋਟਰ ਨੇ ਉਹ ਪਲੀਜ਼ ਅੰਦਰ ਜਾਣ, ਜਿਹੜੇ ਨਾਲ ਕੋਈ ਹੋਰ 2-3-4 ਹੁੰਦੇ ਆ ਉਹ ਤਾਂ ਨਹੀਂ ਅਸੀਂ ਅਲਾਊ ਕਰੀ ਦੇ, ਕਿਸੇ ਦੇ ਮਨ ਦੇ ਵਿੱਚ ਹੁੰਦਾ ਉਹ ਕੋਈ ਨਹੀਂ, ਬਾਕੀ ਠੀਕ ਹੈ। ਸਰ ਸਪਲੀਮੈਂਟਰੀ ਵੋਟਾਂ ਨੂੰ ਲੈ ਕੇ ਹੁਣ ਇਸ਼ੂ ਹੋ ਰਿਹਾ ਸੀਗਾ, ਉਹਨਾਂ ਨੂੰ ਅੰਦਰ ਗਏ ਸੀਗੇ, ਉਹ ਕਹਿੰਦੇ ਸਾਡੀ ਜਦੋਂ ਵੋਟ ਸਪਲੀਮੈਂਟਰੀ ਉਹ ਵੋਟਰ ਲੈ ਕੇ ਜਾ ਰਹੇ ਆ, ਦੂਸਰੀ ਪਾਰਟੀ ਦਾ ਇਲਜ਼ਾਮ ਹੈਗਾ ਕਿ ਮੌਕੇ ਦੇ ਉੱਤੇ ਸਪਲੀਮੈਂਟਰ ਵੋਟਰ ਲਿਸਟ ਲਿਆਣ ਕੇ ਰੱਖ ਦਿੱਤੀ, ਜਦੋਂ ਕਿ ਉਹਨਾਂ ਨੂੰ ਪਤਾ ਹੀ ਉਸ ਬਾਰੇ ਕਿੰਨੇ ਬੰਦੇ ਜਾ ਰਹੇ ਨੇ। ਦੇਖੋ ਦੈਟ ਇਜ਼ ਨਾਟ ਆਵਰ ਜੌਬ, ਉਹ ਪ੍ਰੈਜ਼ਾਈਡਿੰਗ ਅਫਸਰ ਦੇਖਣ, ਅਸੀਂ ਵੀ ਆਰ ਹੇਅਰ ਟੂ ਸਿਕਿਉਰਿਟੀ ਪਰਪਸ। ਸਿਕਿਉਰਿਟੀ ਹੀ ਰੋਕ ਰਹੀ ਹੈ ਉਹਨਾਂ ਨੂੰ? ਨਹੀਂ ਸਿਕਿਉਰਿਟੀ ਨਹੀਂ ਰੋਕਦੀ ਜੀ, ਸਿਕਿਉਰਿਟੀ ਵੋਟਰ ਨੂੰ ਨਹੀਂ ਰੋਕ ਸਕਦੀ, ਨਾ ਉਹ ਰੋਕਦੀ ਹੈ। ਬਾਕੀ ਜੇ ਉਹਨਾਂ ਦਾ ਕੋਈ ਆਬਜੈਕਸ਼ਨ ਹੈਗਾ ਉਹ ਪ੍ਰੈਜ਼ਾਈਡਿੰਗ ਅਫਸਰ ਨੂੰ ਰਿਕੁਐਸਟ ਕਰਨ, ਉਹ ਆਪੇ ਦੇਖ ਲੈਣ।